Aj keď ne, chodí pod kvíčenu mám. मैं पुलसम दर्जा पुलसी मदद करता ही गलत अफसर सारे पीछे रह के मुकाउंडे ने शायद बिकता बा कोई थी सुनवाई नहीं शरीयाम ने शायद बिकट आया मेरे बच्चे ने वादी की था बोलो मेरा पांच जा मरिया बा उन मेरा बुढ़ा बने थे पति जब इतना लगा पे ऐसा पंजाब दे विच आए दे नशियां दे नाल नौजवानां दीआं मौतां दे आंकड़े वधदे जा रहे ने। हुण ताज़ा मामला कपूरथला दे मोहल्ला किलेवाला तो सामने आया जिथे कि नशे की ओवरडोज़ दे नाल 27 साला मनदीप सिंह दी मौत हो गई। मृतक मनदीप सिंह जो कि 23 सालां दी बच्ची दा पिता सी लगातार पिछले कई सालों तो नशा करदा सी ते नशे की ओवरडोज़ दे नाल ही बीते दिनी उसकी मौत हो गई। बाथरूम दे विच गया पर वापस ना परतिया तो परिवार ने दरवाजा तोड़ के उसनू कढ़िया तो वह मृतक पाया गया। मृतक दे पिता दे इल्जाम ने कि उन्होंने इलाके विच शरियाम नशा विकदा है। कई बार उन्होंने वड्डे अधिकारियों ने इसकी सूचना भी दी है पर कोई कार्रवाई नहीं हो रही। वो बस इदा ही थोड़ा सोसाइटी च गलत चला गया नशियां च पै गया और नशे करन लग गया। असी बड़ी कोशिश की उन्होंने रोकन की पर रुकिया नहीं और कल शाम 4 बजे उन्हें ओवरडोज लीती आ और असी उन्हें बाथरूम के विचों मरिया होया बाहर कढ़िया। हाँ जी हाँ जी वो एक बेटी है ਕਿੰਨੇ ਸਾਲ ਦੀ 2.5 ਸਾਲ ਦੀ ਬੇਟੀ ਆ ਉਹਦੀ। ਹਾਂਜੀ ਹੁਣ ਸਰਕਾਰ ਕੋ ਕੀ ਮੰਗ ਕਰਦੇ ਹੋ? ਬਸ ਇਹੀ ਕਿ ਨਸ਼ਿਆਂ ਜਿਹੜੀ ਨਸ਼ੇ ਉਹ ਬੰਦ ਕੀਤੇ ਜਾਣ ਤੇ ਜਿਹਦੇ ਨਾਲ ਜਵਾਨ ਮੌਤਾਂ ਨਹੀਂ ਹੋਣਗੀਆਂ। ਇਹ ਜਿਹੜੀ ਹੁਣ ਆਮ ਆਦਮੀ ਪਾਰਟੀ ਆਈ ਆ ਇਹਨਾਂ ਨੇ ਆਵਾਜ਼ ਉਠਾਈ ਸੀ ਕਿ ਅਸੀਂ ਨਸ਼ਿਆਂ ਨੂੰ ਬੰਦ ਕਰਾਂਗੇ ਇਹਨਾਂ ਤੇ ਰੋਕ ਲਗਾਵਾਂਗੇ ਔਰ ਜ਼ਰੂਰ ਲਗਾਉਣੀ ਚਾਹੀਦੀ ਆ ਤਾਂ ਕਿ ਮਾਵਾਂ ਦੇ ਪੁੱਤ ਨਾ ਮਰਨ ਤੇ ਭੈਣਾਂ ਦੇ ਭਰਾ ਨਾ ਮਰਨ ਕਿਉਂਕਿ ਅਗਰ ਇਦਾਂ ਹੀ ਕਰ ਕਰਕੇ ਇੱਕ ਇੱਕ ਜੀ ਘਰ ਦੇ ਵਿੱਚੋਂ ਜਾਂਦਾ ਰਿਹਾ ਤੇ ਮਾਵਾਂ ਵੀ ਰਹਿ ਜਾਣਗੀਆਂ ਤੇ ਭੈਣਾਂ ਵੀ। ਭੈਣਾਂ ਤੋਂ ਰੱਖੜੀ ਬਣਾਉਣ ਲਈ ਕੋਈ ਨਹੀਂ ਹੋਏਗਾ ਤੇ ਮਾਵਾਂ ਦੇ ਦੁੱਖਾਂ ਲਈ ਕੋਈ ਨਹੀਂ ਬਚੇਗਾ। ਮੈਂ ਇਹੀ ਕਹਿਣਾ ਚਾਹਾਂਗੀ ਸਰਕਾਰ ਨੂੰ ਕਿ ਪਲੀਜ਼ ਨਸ਼ਿਆਂ ਨੂੰ ਬੰਦ ਕਰੋ ਤੇ ਜਵਾਨਾਂ ਸਰ ਨਸ਼ੇ ਦਾ ਆਦੀ ਕੀਤਾ ਪਏ ਲੋਕਾਂ ਨੇ ਬਲੈਕੀਆਂ ਨੇ ਤੇ ਮੈਂ ਪੁਲਿਸ ਨੂੰ ਦਰਦਾ ਪੁਲਿਸ ਦੀ ਮਦਦ ਕਰਦਾ ਸੀ ਗਲਤ ਅਫਸਰ ਸਾਰੇ ਰੁਪਈਏ ਲੈ ਕੇ ਮੁਕਾਉਣ ਡਿਆ ਨਸ਼ਾ ਵਿਕਦਾ ਵਾ ਇਮਾਨਦਾਰ ਬੰਦੇ ਸਾਰੇ ਨੇ ਖੂੰਜੇ ਲਾਏ ਪਏ ਆ ਕੋਈ ਇੱਥੇ ਸੁਣਵਾਈ ਨਹੀਂ ਸ਼ਰੇਆਮ ਨਸ਼ੇ ਵਿਕਣ ਡਏ ਆ ਮੇਰੇ ਬੱਚੇ ਨੂੰ ਵਾਦੀ ਕੀਤਾ ਬੋਲੋ ਮੇਰਾ ਭਾਂਜਾ ਮਰਿਆ ਵਾ ਹੁਣ ਮੇਰਾ ਮੁੰਡਾ ਮਰਿਆ ਅਤੇ ਭਤੀਜਾ ਵੀ ਇੱਕ ਲੱਗਾ ਪਿਆ ਸਰ ਮਰਿਆ ਕਿੱਦਾਂ ਸਰ ਇਹ ਟੀਕਾ ਲਾਇਆ ਜੀ ਨੇ ਬਾਥਰੂਮ 'ਚੋਂ ਕੱਢਿਆ ਬਾਥਰੂਮ ਜਾ ਕੇ ਕਿੱਥੇ ਮੌਤ ਕਿੱਥੇ ਕਰੀ ਹੋਈ ਘਰ ਹੋਈ ਸਰ ਬਾਹਰੋਂ ਲਿਆਇਆ ਕਿਤੇ ਸਮਾਨ ਮੈਂ ਤਾਂ ਕੰਮ 'ਤੇ ਸੀ ਅਤੇ ਬਾਹਰੋਂ ਸਮਾਨ ਲਿਆ ਕੇ ਟੀਕਾ ਇੱਥੇ ਲਾਉਣ ਡਿਆ ਇਹਦੀ ਮਾਂ ਨੇ ਖੋਲਿਆ ਬੂਹਾ ਨਹੀਂ ਖੋਲਦਾ ਦੇਖਿਆ ਅੰਦਰ ਹੀ ਮੂਰੋ ਪੂਰਾ ਹੋ ਗਿਆ ਮਰਿਆ ਪਿਆ ਸੀ ਹੁਣ ਸਰਕਾਰ ਕੋਈ ਮੰਗ ਕਰਦੇ ਆ ਅਗੋਂ ਮੰਗ ਇਹ ਕਰਦੇ ਵੀ ਸਰ ਇੱਥੇ ਨਸ਼ੇ ਹਟ ਜਾਣੇ ਮੁਸ਼ਕਲ ਆ ਅੰਗਰੇਜ਼ਾਂ ਕੋਲ ਗੁਲਾਮੀ ਛੁਟਕਾਰਾ ਹੋ ਗਿਆ ਸੀ ਨਸ਼ੇ ਕੋਲ ਨਹੀਂ ਹੋਣਾ ਇਹਨਾਂ ਕੋਲ ਕਿਉਂਕਿ ਸਾਰੇ ਅਫਸਰ ਸਾਰੇ ਗਲਤ ਅਫਸਰ ਆ ਰਿਸ਼ਵਤ ਲੈਂਦੇ ਪੈਸਾ ਲੈ ਲੈ ਕੇ ਪਕਾਉਣ ਡੇ ਸਾਰੇ ਜਿਹੜੇ ਬੰਦੇ ਆਦੀ ਜਿਹੜੇ ਵੇਚਣ ਵਾਲੇ ਆ ਉਹਨਾਂ ਜੇਬਾਂ ਭਰ ਜਾਂਦੀਆਂ ਰੋਜ਼ ਉਹ ਕੰਮ ਕਰਕੇ ਰਾਜੀ ਨਹੀਂ ਲੋਕਾਂ ਨਸਲ ਮਾਰੀ ਜਾਣ ਡਿਆ ਕਿਹੜੇ ਬੰਦੇ ਜਿਹੜਾ ਨਸ਼ਾ ਵੇਚਦੇ ਸਰ ਸਾਰੇ ਮੁਹੱਲੇ 'ਚ ਵੇਚਣ ਡਿਆ ਸਰ ਇੱਥੇ ਮੁਹੱਲਾ ਉੱਚਾ ਤੋੜਾ ਮਹਤਾਬਗੜ ਹੱਥੀ ਆਨਾ ਕਿਲੇ ਵਾਲਾ ਮੁਹੱਲਾ ਸਾਰੇ ਲੱਗੇ ਪਏ ਸਰ ਇਹਨੂੰ ਬੰਦੇ ਕਿਹੜੇ ਆ ਬੰਦੇ ਦਾ ਨਾਂ ਪਤਾ ਸਰ ਮੈਂ ਲਿਸਟ ਦਿੱਤੀ ਵੀ ਆ ਅਫਸਰਾਂ ਨੂੰ ਕਿਹੜੇ ਅਫਸਰ ਲਿਸਟ ਦਿੱਤੀ ਸਰ ਮੈਂ 1996 ਲੱਗਾ ਜੰਗ ਬਹਾਦਰ ਦੇ ਨਾਲ ਜੀ ਇਮਾਨਦਾਰ ਅਫਸਰ ਹੁੰਦੇ ਸਰ ਕਿਤੇ ਹੁਣ ਸਰ ਮੈਂ ਸਾਰਿਆਂ ਨਾਲ ਅਫਸਰਾਂ ਹੁਣ ਮੇਰੇ ਅਫਸਰ ਚਲੇ ਗਏ ਸੁਰਿੰਦਰ ਸਿੰਘ ਰਿਟਾਇਰ ਹੋ ਗਿਆ ਵਾ CI ਹੁੰਦੇ ਸੀ ਉਹਨਾਂ ਵਕਤ ਪਾਇਆ ਸੀ ਬਲੈਕੀਆਂ ਨੂੰ ਰਮਨ ਹੁਣ ਜਿਹੜੀ ਲਿਸਟ ਦਿੱਤੀ ਉਹ ਕਿਹੜੇ ਅਫਸਰ ਨੂੰ ਲਿਸਟ ਦਿੱਤੀ ਸੀ ਸਰ ਮੈਂ ਹੁਣ ਦੁਬਾਰਾ ਇਹਨਾਂ ਕਰੂੰਗਾ ਮੈਂ ਪਹਿਲੀਆਂ ਦਿੱਤੀਆਂ ਪਈਆਂ ਸਰ ਇਹਨਾਂ ਨੂੰ ਮੇਰੇ ਹੁਣ ਅਫਸਰ ਬਦਲ ਗਏ ਇਹ ਆਪ ਮਹੀਨੇ ਲੈ ਲੈਂਦੇ ਮੇਰੀ ਦੁਸ਼ਮਣੀ ਪਾ ਦਿੰਦੇ ਆ ਸਾਡੀ ਕੋਲ ਹਲਫਣੀ ਹੁੰਦੀ ਗਈ ਮੈਂ ਤਾਂ ਸਰ ਫਿਰ ਇਹਨਾਂ ਦੁਸ਼ਮਣੀਆਂ ਪਾਉਣ ਲਈ ਤਿਆਰ ਹਾਂ ਇਹਨਾਂ ਬਲੈਕੀਆਂ ਨੂੰ ਇਮਾਨਦਾਰ ਅਫਸਰ ਆਉਣ ਵੇਖੋ ਫਿਰ ਇਹਨਾਂ ਦੇਖੀ ਇਹਨਾਂ ਕੀ ਹਾਲ ਕਰਦੇ ਬੰਦੇ ਦੇ ਨਾਂ ਪਤਾ ਜੀ ਕਿਹੜੇ ਕਿਹੜੇ ਬੰਦੇ ਮੈਨੂੰ ਸਰ ਸਾਰਾ ਟੋਟਲ ਪਤਾ ਸਰ ਜਨਾਬ ਠੀਕ ਹੈ ਇਹ ਦੱਸ ਸਕਦੇ ਹੋ ਕਿਹੜੇ ਕਿਹੜੇ ਬੰਦੇ ਨਾਂ ਸਰ ਮੈਂ CID ਨੂੰ ਦਿੱਤੀ ਸਰ CID ਡਿਪਟੀ ਸਾਹਿਬ ਹੁੰਦੇ ਮੈਂ 1996 ਲੱਗਾ ਸਰ ਪੁਲਿਸ ਦੇ ਨਾਲ ਬਗੈਰ ਤਨਖਾਹ ਤੋਂ ਮਦਦ ਕਰ ਰਿਹਾ ਵਾਂ ਮੈਨੂੰ ਨਾਮ ਇਹੀ ਮਿਲੇ ਤਾਂ ਮੇਰੇ ਬੱਚੇ ਆਦੀ ਕਰਦੇ ਮਰਗ ਮਾਰੀ ਜਾਂਦੇ ਆ ਇਹੀ ਨਾਮ ਮਿਲਿਆ ਮੈਨੂੰ ਪੁੱਛ ਲਓ ਪੁੱਛ ਲਓ ਹੁਣ ਪੰਜਾਬ ਸਰਕਾਰ ਕੋ ਕੀ ਗੁਹਾਰ ਕਰਨੇ ਉਹਦੀ ਮਾਨ ਸਾਹਿਬ ਨੂੰ ਕਹਿੰਦੇ ਤੁਹਾਨੂੰ ਬੜੀ ਬੜੀ ਉਮੀਦਾਂ ਨਾਲ ਆਉਂਦਾ ਤੁਹਾਨੂੰ ਇਹੀ ਹਰ ਬੰਦਾ ਸੋਚਦਾ ਵੀ ਮਾਨ ਆਮ ਆਦਮੀ ਸਰਕਾਰ ਆਊਗੀ ਕੁਛ ਸੋਚੂਗੀ ਪਰ ਸਰ ਕਪੂਰਥਲੇ ਨਾ ਪੁਲਿਸ ਵਾ ਨਾ ਪ੍ਰੈਸ ਵਾ ਸਹੀ ਤੁਹਾਨੂੰ ਦੱਸਾਂ ਮੈਂ ਅੱਜ ਤੁਸੀਂ ਆ ਗਏ ਆ ਤੇ ਲਾਜ ਰਹਿੰਦੇ ਤੇ ਕੋਈ ਸਰ ਦੇਖੋ ਮੁਹੱਲੇ ਦੇ ਵਿੱਚ ਉੱਚੇ ਕੀ ਵਿਕਣਾ ਸ਼ਰਿਆ ਮਾਲ ਵਿਖਦਾ ਸਰ ਇਹਦੇ ਇਮਾਨਦਾਰ ਵਾਸਤੇ ਮੇਰੇ ਨਾਲ ਕੰਟੈਕਟ ਕਰਨ ਇਹਨਾਂ ਜੀਣਾ ਮੁਸ਼ਕਲ ਕਰ ਦੂੰਗਾ ਇਹਨਾਂ ਦਸਾਲਿਆਂ ਦਾ ਬਹੁਤ ਕੰਮ ਫਿਲਹਾਲ ਪੁਲਿਸ ਨੇ
परिवार के बयान के आधार के उत्ते पांच लोगों के खिलाफ 304 के तहत मामला दर्ज कर लिया। पर पुलिस कैमरे के अगे अपने बयान देने तो कतराउंदी नज़र आई। हुण वेखना होएगा कि मामला तो दर्ज कर लिया, हुण कार्रवाई किन्ने समय के विच होएगी। कपूरथला तो कश्मीर पंडाल की रिपोर्ट, स्काई न्यूज़ पंजाब। तुहाडे लई लैके आया बेस्ट क्वालिटी दे स्किन केयर फेस लिप्स आईज ऑल मेकअप प्रोडक्ट जो ने बिल्कुल हार्मलेस। सो तुसी अपने नजदीकी स्टोर ते जाके इना प्रोडक्ट्स नू बाय कर सकदे हो जां फिर वेबसाइट दे उते जाके विजिट कर सकदे हो। वेबसाइट है www.fashioncolor.in। इस अलावा इंस्टा नायका पर्पल जियो मार्ट जां फिर फ्लिपकार्ट अमेज़न ते जाके भी इना प्रोडक्ट्स नू बाय कर सकदे हो। खबर की ताज़ा अपडेट के लिए साड़े यूट्यूब चैनल सब्सक्राइब करो, फेसबुक चैनल लाइक और शेयर करो।